ਸਤਿ ਸ਼੍ਰੀ ਅਕਾਲ, ਨਮਸਕਾਰ। ਦੀਪਕ ਭੰਡਾਰੀ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ ਅਤੇ ਸਾਡੇ ਨਾਲ ਮੌਜੂਦ ਹਨ D4U ਨਿਊਜ਼ ਦੇ ਸੰਪਾਦਕ ਦੀਪਕ ਭੰਡਾਰੀ ਜੀ। ਭੰਡਾਰੀ ਜੀ, ਮੈਂ ਤੁਹਾਡਾ ਸਵਾਗਤ ਕਰਦੀ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ। ਭੰਡਾਰੀ ਜੀ, ਰਾਮ ਰਹੀਮ ਨੂੰ ਇੱਕ ਵਾਰੀ ਫੇਰ ਪਰੋਲ ਮਿਲ ਗਈ ਹੈ। ਦੇਖੋ ਜੀ, ਇਹ ਡੇਰਾ ਸੱਚਾ ਸੌਦਾ ਦੇ ਮੁਖੀ ਹੈ, ਸਿਰਸਾ ਡੇਰਾ ਇਹਨਾਂ ਦਾ, ਤੁਹਾਨੂੰ ਪਤਾ ਹੀ ਹੈ। ਅਤੇ ਇੱਕ ਵਾਰ ਫੇਰ ਪਰੋਲ 'ਤੇ ਬਾਹਰ ਆ ਗਏ ਨੇ। ਹੁਣ ਇਹ ਨਹੀਂ ਪਤਾ ਲੱਗਦਾ ਇਹ ਜੇਲ੍ਹ ਬਾਹਰ ਕੱਟ ਰਹੇ ਨੇ ਕਿ ਅੰਦਰ ਕੱਟ ਰਹੇ ਨੇ। ਇਹ ਤਾਂ ਅਜੀਬ ਜਿਹੀ ਸਥਿਤੀ ਹੈ। 50 ਦਿਨ ਦੀ ਉਹਨਾਂ ਦੀ ਜਿਹੜੀ ਹੈ ਪਰੋਲ ਮਨਜ਼ੂਰ ਹੋਈ ਜੇ ਰੋਹਤਕ ਦੀ ਸੁਨਹਿਰਾ ਜੇਲ੍ਹ 'ਚੋਂ। ਉੱਤਰ ਪ੍ਰਦੇਸ਼ ਜਿਹੜਾ ਇਹਨਾਂ ਦਾ ਬਰਨਾਵਾ ਆਸ਼ਰਮ ਹੈ, ਉੱਥੇ ਚਲੇ ਗਏ ਨੇ। ਇੱਕ ਦੇਖੋ ਇਹਨਾਂ 'ਤੇ ਆਰੋਪ ਹੈ ਕਿ ਯਾਦਵੀ ਜਿਹੜੇ ਸਾਧਵੀ ਦੇ ਯੋਨ ਸ਼ੋਸ਼ਣ ਦੇ ਆਰੋਪ ਹੈ। ਪੱਤਰਕਾਰ ਰਾਮ ਚੰਦਰ ਛੱਤਰਪਤੀ ਹੱਤਿਆਕਾਂਡ ਦਾ ਇਹਨਾਂ 'ਤੇ ਜਿਹੜਾ ਉਹ ਆਰੋਪ ਹੈ। ਅਤੇ ਇੱਕ ਡੇਰਾ ਮੈਨੇਜਰ ਰਣਜੀਤ ਸਿੰਘ ਮਰਡਰ ਕੇਸ ਦੇ ਵਿੱਚ ਇਹ ਸਜ਼ਾ ਜਿਹੜੇ ਆ ਉਹ ਕੱਟ ਰਹੇ ਨੇ। ਰਣਜੀਤ ਮਰਡਰ ਕੇਸ 'ਚ ਇਹਨਾਂ ਨੂੰ 20 ਸਾਲ ਦੀ, ਰਾਮ ਚੰਦਰ ਛੱਤਰਪਤੀ ਮਰਡਰ ਦੇ ਵਿੱਚ ਵੀ 20 ਸਾਲ ਦੀ, ਅਤੇ ਸਾਧਵੀਆਂ ਦੇ ਯੋਨ ਸ਼ੋਸ਼ਣ 'ਚ 10 ਸਾਲ ਦੀ ਇਹਨਾਂ ਨੂੰ ਸਜ਼ਾ ਹੋਈ ਹੈ। ਇਸ ਤੋਂ ਪਹਿਲਾਂ ਵੀ 8 ਵਾਰਾਂ ਇਹ ਜੇਲ੍ਹ 'ਚੋਂ ਬਾਹਰ ਆ ਚੁੱਕੇ ਨੇ। 21 ਨਵੰਬਰ 2023 ਨੂੰ ਇਹਨਾਂ ਨੂੰ 21 ਦਿਨਾਂ ਦੀ ਪਰੋਲ ਮਿਲੀ ਸੀ। ਉਦੋਂ ਰਾਮ ਰਹੀਮ ਦੀ ਜਿਹੜੀ ਮੂੰਹ ਬੋਲੀ ਬੇਟੀ ਹੈ ਹਨੀਪ੍ਰੀਤ, ਉਹ ਇਹਨਾਂ ਨੂੰ ਲੈਣ ਪਹੁੰਚੀ ਸੀ ਅਤੇ ਫਿਰ ਉਹਨਾਂ ਨੂੰ ਲੈ ਕੇ ਬਰਨਾਵਾ ਦੇ ਆਸ਼ਰਮ ਪਹੁੰਚੀ ਸੀ। ਅਤੇ ਫਰਲੋ ਖਤਮ ਹੋਣ ਤੋਂ ਬਾਅਦ 13 ਦਸੰਬਰ 2023 ਨੂੰ ਇਹ ਵਾਪਸ ਜਿਹੜਾ ਸੁਨਾਰਿਆ ਜੇਲ੍ਹ 'ਚ ਆ ਗਿਆ ਸੀ। ਜਦੋਂ ਵੀ ਰਾਮ ਰਹੀਮ ਨੂੰ ਮਿਲਦੀ ਹੈ ਪਰੋਲ, ਉਦੋਂ ਖਾਸਾ ਵਿਰੋਧ ਵੀ ਹੁੰਦਾ, ਉੱਤੇ ਵੀ ਗੱਲ ਕਰਦੇ ਹਾਂ। ਪਰ ਇਹ ਜਦੋਂ ਵੀ ਜ਼ਿਆਦਾ ਸਮੇਂ ਲਈ ਉਹਨੂੰ ਪਰੋਲ ਮਿਲਦੀ ਨਾ ਬਾਬਾ ਜੀ ਨੂੰ, ਅਤੇ ਉਦੋਂ ਉੱਤਰ ਪ੍ਰਦੇਸ਼ ਦੇ ਭਾਗਪਤ ਜ਼ਿਲ੍ਹਾ ਜਿੱਥੇ ਬਰਨਾਵਾ ਆਸ਼ਰਮ ਉੱਥੇ ਰਹਿੰਦਾ ਹੈ। ਅਤੇ ਪਰੋਲ ਜਾਂ ਫਰਲੋ ਦੇ ਦੌਰਾਨ ਉਹਨੂੰ ਜਿਹੜੇ ਸਿਰਸਾ ਜਿਹੜਾ ਉਹਨਾਂ ਦਾ ਸੱਚਾ ਸੌਦਾ ਡੇਰਾ ਹੈੱਡਕੁਆਟਰ, ਉੱਥੇ ਇਹਨਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਹੁੰਦੀ। ਅਤੇ ਕਿਹਾ ਜਾਂਦਾ ਵੀ ਤੁਸੀਂ ਉੱਥੋਂ ਹੀ ਜਿਹੜੀ ਗਤੀਵਿਧੀਆਂ ਚਲਾਉਣੀਆਂ ਆਪਣੀਆਂ ਕਰੋ। ਬਹੁਤ ਸਾਰੀਆਂ ਵੀਡੀਓਜ਼ ਵੀ ਆਉਂਦੀਆਂ ਵੀ ਬਾਬਾ ਜੀ ਪਹਿਲੇ ਖੇਤੀ ਕਰ ਰਹੇ ਹੁੰਦੇ, ਔਰਗੈਨਿਕ ਖੇਤੀ ਕਰਦੇ ਹੈ, ਫਿਰ ਆਪਣਾ ਜਨਮਦਿਨ ਮਨਾਉਂਦੇ ਹੈ। ਇਹਦੇ ਬਾਰੇ ਜਦੋਂ ਹਰਿਆਣਾ ਦੇ ਮੁੱਖ ਮੰਤਰੀ ਜਿਹੜੇ ਹੈਗੇ ਨੇ ਮਨੋਹਰ ਲਾਲ ਖੱਟਰ ਸਾਹਿਬ ਨੂੰ ਪੁੱਛਿਆ ਗਿਆ ਸੀ ਪੱਤਰਕਾਰਾਂ ਵੱਲੋਂ, ਅਤੇ ਉਹਨਾਂ ਨੇ ਕਿਹਾ ਸੀ ਵੀ ਰਾਮ ਰਹੀਮ ਨੂੰ ਜਿਹੜੀ ਹੈ ਜੇਲ੍ਹ ਪੈਰੋਲ ਮਿਲਦੀ ਨਾ, ਜੇਲ੍ਹ ਦੇ ਨਿਯਮਾਂ ਦੇ ਅਨੁਸਾਰ ਮਿਲਦੀ ਹੈ। ਅਤੇ ਹੁਣ ਉਹ ਕਹਿੰਦੇ ਵੀ ਪਰ ਅਸੀਂ ਸਿਰਸਾ ਆਉਣ ਦੀ ਉਹਨੂੰ ਇਜਾਜ਼ਤ ਨਹੀਂ ਦਿੰਦੇ। ਪਰ ਇਹ ਸਵਾਲ ਹੈ ਵੀ ਦੇਸ਼ ਦੇ ਵਿੱਚ ਕਿੰਨੀਆਂ ਜੇਲ੍ਹਾਂ ਨੇ ਅਤੇ ਉਹਨਾਂ 'ਚ ਕਿੰਨੇ ਕੈਦੀ ਮੌਜੂਦ ਨੇ, ਅਤੇ ਕਿੰਨਿਆਂ ਨੂੰ ਬਾਬਾ ਜੀ ਵਾਂਗੂ ਜਿਹੜੀ ਹੈ ਉਹ ਜੇਲ੍ਹ 'ਚੋਂ ਪੈਰੋਲ ਦਿੱਤੀ ਜਾਂਦੀ ਹੈ। ਇਹ ਤਾਂ ਫਿਰ ਦੇਖੋ ਨਾ, ਸਰਕਾਰ ਹੋਵੇ ਜਿਹਦੇ 'ਤੇ ਮਿਹਰਬਾਨ, ਕਹਿੰਦੇ ਸਾਰਾ ਵੋਟਾਂ ਦਾ ਸਾਰਾ ਚੱਕਰ ਆ, ਅਤੇ ਬਾਕੀ ਅਸੀਂ ਕੋਰਟ ਦੇ ਫੈਸਲੇ 'ਤੇ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦੇ। ਹੁਣ ਕਹਿੰਦੇ ਪੈਰੋਲ ਜਾਂ ਫਰਲੋ, ਰਾਮ ਰਹੀਮ ਨੇ ਪਹਿਲਾਂ ਜਦੋਂ ਲਈ ਸੀ ਇਹਨੇ ਆਪਣੀ ਬਿਮਾਰ ਮਾਂ ਦਾ ਹਵਾਲਾ ਦੱਸਿਆ ਕਿ ਮੇਰੀ ਮਦਰ ਜਿਹੜੇ ਬਿਮਾਰ ਨੇ, ਫਿਰ ਉਹ ਗੁਰੂਗ੍ਰਾਮ ਦੇ ਹਸਪਤਾਲ 'ਚ ਆਇਆ ਸੀ। ਫਿਰ ਇਹਨੇ ਇਹ ਦਲੀਲ ਦਿੱਤੀ ਵੀ ਮੈਂ ਗੋਦ ਲਈ ਬੇਟੀਆਂ ਜਿਹੜੀਆਂ ਉਹਨਾਂ ਦਾ ਵਿਆਹ ਕਰਨਾ, ਫਿਰ ਪਰੋਲ ਮੰਗੀ। ਫਿਰ UP ਆਸ਼ਰਮ ਦੇ ਆਸ ਪਾਸ ਇਹਨਾਂ ਦੇ ਖੇਤ ਨੇ, ਫਿਰ ਇਹਨਾਂ ਨੇ ਕਿਹਾ ਵੀ ਸਾਨੂੰ ਪਰੋਲ ਚਾਹੀਦੀ, ਮੈਂ ਉੱਥੇ ਸਬਜ਼ੀਆਂ ਉਗਾਉਣੀਆਂ, ਵੀ ਬਹੁਤ ਸਾਰੀ ਫਾਰਮਿੰਗ ਕਰਨੀ ਹੈ ਮੈਂ, ਉਹ ਪ੍ਰੇਮੀ ਹਾਂ ਮੈਂ, ਖੇਤੀਬਾੜੀ ਐਗਰੀਕਲਚਰ ਪ੍ਰੇਮੀ। ਫਿਰ ਡੇਰਾ ਪ੍ਰਮੁੱਖ ਸ਼ਾਸ ਜਿਹੜਾ ਸਤਨਾਮ ਸਿੰਘ, ਉਹਦੀ ਜਯੰਤੀ ਮਨਾਉਣ ਵਾਸਤੇ ਵੀ ਇਹਨਾਂ ਨੇ ਜਿਹੜੀ ਹੈ ਪਰੋਲ ਲਈ ਸੀ। ਅਤੇ ਇਹਦੇ ਨਾਲ ਨਾਲ ਤੁਸੀਂ ਦੇਖੋ, ਸਿਆਸਤ ਕਿਉਂ ਨਾ ਹੋਵੇ, ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ SGPC ਨੇ ਨਾਲ ਹੀ ਅੱਜ ਜਿਹੜੀ ਹੈ ਆਪਣੀ ਬੈਠਕ ਬੁਲਾ ਲਈ ਸੀਗੀ। ਅਤੇ ਦੂਜੇ ਪਾਸੇ ਇਨਸਾਫ਼ ਮੋਰਚਾ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਇਨਸਾਫ਼ ਮੋਰਚਾ ਜਿਹੜਾ ਲੱਗਿਆ, ਉਹਨਾਂ ਨੇ ਆਪਣਾ ਐਲਾਨ ਜਿਹੜਾ ਸੰਘਰਸ਼ ਜਿਹੜਾ ਉਹ ਤੇਜ਼ ਕਰਨ ਦਾ ਐਲਾਨ ਕਰਤਾ ਹੈ। 3 ਘੰਟਿਆਂ ਵਾਸਤੇ ਪੰਜਾਬ ਦੇ ਵਿੱਚ 9 ਟੋਲ ਪਲਾਜ਼ਾ ਜਿਹੜੇ ਰੋਕੇ ਜਾਣੇ ਨੇ। ਅਤੇ SGPC ਦੇ ਜਿਹੜੇ ਅੱਜ ਮੀਟਿੰਗ ਹੋਈ ਹੈ, ਜਿਹੜੇ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਬੇਅੰਤ ਸਿੰਘ, ਉਹਨਾਂ ਦੇ ਹੱਤਿਆ ਦੇ ਮਾਮਲੇ 'ਚ ਜਿਹੜੀ ਸਜ਼ਾ ਕੱਟ ਰਹੇ ਬਲਵੰਤ ਸਿੰਘ ਰਾਜੋਆਣਾ,
ਉਹਨੂੰ ਲੈ ਕੇ ਅਤੇ ਹੋਰ ਜਿਹੜੇ ਬੰਦੀ ਸਿੰਘ ਹੈ ਇਹਨਾਂ ਨੂੰ ਲੈ ਕੇ ਅੱਜ ਬੈਠਕ ਬੁਲਾਈ ਸੀ ਇਹਨਾਂ ਨੇ। ਅਤੇ ਤੁਹਾਨੂੰ ਵੀ ਦੱਸ ਦਈਏ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 27 ਜਨਵਰੀ ਤੱਕ ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ। ਅਤੇ ਹੁਣ ਅੱਜ ਦੇਖੋ ਤੁਸੀਂ 19 ਜਨਵਰੀ ਹੋ ਗਈ ਅਤੇ ਕਰੀਬ ਕਰੀਬ 7-8 ਦਿਨ ਬਚੇ ਹੈ। ਅਤੇ ਕੌਮੀ ਇਨਸਾਫ ਮੋਰਚਾ ਨੇ ਮੋਹਾਲੀ ਚੰਡੀਗੜ੍ਹ 'ਚ ਜਿਹੜਾ 1 ਸਾਲ ਹੋ ਜਾਣਾ ਉਹਨਾਂ ਨੂੰ ਆਪਣਾ ਧਰਨਾ ਸ਼ੁਰੂ ਕੀਤਿਆਂ, ਅਤੇ ਬੀਤੇ ਸਾਲ 6 ਜਨਵਰੀ ਨੂੰ ਇਹਦੀ ਸ਼ੁਰੂਆਤ ਹੋਈ ਸੀਗੀ। ਅਤੇ ਰਣਨੀਤੀ ਜਿਹੜੀ ਤਿਆਰ ਕੀਤੀ ਜਿਹੜਾ ਇਹਨਾਂ ਦਾ ਕਹਿਣਾ ਹੈ ਕਹਿੰਦੇ ਸਰਕਾਰ ਕੇਂਦਰ ਸਰਕਾਰ ਉਹਨਾਂ ਦੀਆਂ ਜਿਹੜੀਆਂ ਮੰਗਾਂ ਨਹੀਂ ਮੰਨ ਰਹੀ, ਇਸ ਕਰਕੇ ਪ੍ਰਦਰਸ਼ਨ ਜਿਹੜਾ ਤੇਜ਼ ਕੀਤਾ ਜਾਏਗਾ। ਅਤੇ ਕੱਲ੍ਹ ਜਿਹੜੇ ਹੈ 9 ਜ਼ਿਲ੍ਹਿਆਂ ਦੇ 13 ਟੋਲ ਪਲਾਜ਼ਾ ਉਹ ਇਹਨਾਂ ਨੇ ਫ੍ਰੀ ਕਰ ਦੇਣੇ। ਜੇ ਫਿਰੋਜ਼ਪੁਰ ਦਾ ਜਿਹੜਾ ਫਿਰੋਜ਼ ਸ਼ਾਹ ਟੋਲ ਪਲਾਜ਼ਾ ਹੈ ਅਤੇ ਤਾਰਾਪੁਰ ਟੋਲ ਪਲਾਜ਼ਾ ਹੈ, ਮੋਹਾਲੀ ਦਾ ਅਜੀਜ਼ਪੁਰ ਟੋਲ ਪਲਾਜ਼ਾ ਹੈ, ਭਾਗੋ ਮਾਜਰਾ ਦਾ ਟੋਲ ਪਲਾਜ਼ਾ ਹੈ, ਸੁਲਖੀਆਂ ਦਾ ਟੋਲ ਪਲਾਜ਼ਾ ਹੈ, ਵਿਰੋਧੀ ਟੋਲ ਪਲਾਜ਼ਾ, ਪਟਿਆਲੇ ਜ਼ਿਲ੍ਹੇ ਦਾ ਪਰੇਡੀ ਜੱਟਾ ਟੋਲ ਪਲਾਜ਼ਾ, ਜਲੰਧਰ ਦਾ ਜਿਹੜਾ ਬਾਮਨੀਵਾਲ ਟੋਲ ਪਲਾਜ਼ਾ, ਲੁਧਿਆਣੇ ਦਾ ਲਾਡੋਵਾਲ ਟੋਲ ਪਲਾਜ਼ਾ, ਫਰੀਦਕੋਟ ਦਾ ਤਲਵੰਡੀ ਭਾਈ ਟੋਲ ਪਲਾਜ਼ਾ ਅਤੇ ਨਵਾਂਸ਼ਹਿਰ ਦਾ ਟੋਲ ਪਲਾਜ਼ਾ ਜਿਹੜਾ ਇਹ 3 ਘੰਟੇ ਵਾਸਤੇ ਬੰਦ ਕੀਤਾ ਜਾਣਾ ਹੈ। ਪਰ ਸਵਾਲ ਫਿਰ ਉਹੀ ਆ ਜਾਂਦਾ ਵੀ ਬਾਬਾ ਜੀ 'ਤੇ ਸਰਕਾਰ ਐਡੀ ਮਿਹਰਬਾਨ ਕਿਉਂ ਹੈ? ਅਸੀਂ ਤਾਂ ਚਾਹੁੰਦੇ ਹਾਂ ਵੀ ਪੂਰੇ ਦੇਸ਼ ਦੀਆਂ ਜੇਲ੍ਹਾਂ ਦਾ ਆਂਕੜਾ, ਨਹੀਂ ਤਾਂ ਉਸ ਜੇਲ੍ਹ ਦਾ ਹੀ ਜਿੱਥੇ ਉਹ ਬੰਦ ਨੇ, ਵੀ ਕਿੰਨੇ ਕੈਦੀ ਨੇ, ਕਿੰਨਿਆਂ ਨੇ ਪਰੋਲ ਮੰਗੀ ਜਾਂ ਕਿਸੇ ਨੇ ਮੰਗੀ ਨਹੀਂ। ਘਰ ਜਾਣ ਨੂੰ ਕਿਹਦਾ ਜੀਅ ਨਹੀਂ ਕਰਦਾ, ਭਾਵੇਂ ਜਿੱਡਾ ਮਰਜ਼ੀ ਵੱਡਾ ਅਪਰਾਧੀ ਹੋਵੇ ਨਾ, ਉਹਦਾ ਘਰ ਜਾਣ ਨੂੰ ਜੀਅ ਕਰਦਾ ਹੀ ਹੈ। ਅਤੇ ਪਰ ਉਹ ਚਲੋ ਫਿਰ ਕਹਿੰਦੇ ਵੀ ਸਰਕਾਰ ਅਤੇ ਕੋਈ ਟੀਕਾ ਟਿੱਪਣੀ ਮਾਨਯੋਗ ਅਦਾਲਤ ਅਸੀਂ ਕੋਈ ਨਹੀਂ ਕਰਦੇ। ਬਿਲਕੁਲ ਸਰ, ਪ੍ਰਿੰਸੀਪਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਕਿਹਾ ਜਾ ਰਿਹਾ ਹੈ ਕਿ ਉਹ ਜਾਲੀ ਸਰਟੀਫਿਕੇਟ ਬਣਾ ਕੇ ਦੇ ਰਹੇ ਸੀਗੇ। ਦੇਖੋ ਤੁਸੀਂ ਹੈਰਾਨ ਆ ਵੀ ਇੱਕ ਪ੍ਰਿੰਸੀਪਲ ਹੋਵੇ ਤਾਂ ਉਹਦੀਆਂ ਹਰਕਤਾਂ ਤੁਸੀਂ ਦੇਖੋ ਕੀ ਹੈ। ਵੀ ਤੁਸੀਂ ਇਹਦਾ ਕੰਮ ਹੈਗਾ ਕਿ ਬੱਚਿਆਂ ਨੂੰ ਸਹਿਰਾ ਪਾਉਣਾ, ਉਹਨਾਂ ਨੂੰ ਦੱਸਣਾ ਵੀ ਤੁਸੀਂ ਝੂਠ ਨਾ ਬੋਲੋ, ਮਿਹਨਤ ਕਰੋ, ਅਤੇ ਆਪ ਵੇਖੋ ਤੁਸੀਂ ਕੰਮ ਕੀ ਕਰਦਾ ਸੀ। ਇਹ CBSE ਅਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਫਰਜ਼ੀ ਸਰਟੀਫਿਕੇਟ ਤਿਆਰ ਕਰਦਾ ਸੀ ਅਤੇ ਇਹਨਾਂ ਦੇ ਕੋਲੋਂ ਸਪੈਸ਼ਲ ਸੈੱਲ ਹੈ ਪੁਲਿਸ ਦਾ, ਇਹਨਾਂ ਨੇ ਇੱਕ ਪ੍ਰਿੰਟਰ, ਇੱਕ ਕੰਪਿਊਟਰ ਸੈੱਟ ਅਤੇ 600 ਜਿਹੜੀਆਂ ਜਾਲੀ ਜਿਹੜੇ ਸਰਟੀਫਿਕੇਟ ਨਾ ਉਹ ਬਰਾਮਦ ਕੀਤੇ ਇਹਨਾਂ ਕੋਲ। ਅਤੇ ਇਹ ਨਿਊ ਵਿਨੇ ਸਾਗਰ ਦਾ ਰਹਿਣ ਵਾਲਾ ਜੇ ਇੱਕ ਬੰਦਾ ਅਤੇ ਇਹਦਾ ਨਾਂ ਜੇ ਅਨੁਰਾਗ ਡਾਬਰ, ਜਿਹੜੇ ਪ੍ਰਿੰਸੀਪਲ ਸਾਹਿਬ ਸੀਗੇ, ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਸਾਹਿਬ ਸਨ, ਅਤੇ ਇੱਕ ਇਹਨਾਂ ਦਾ ਸਾਥੀ ਸੀਗਾ ਉਹਦਾ ਨਾਂ ਰਾਘਵ ਚੱਡਾ। ਇਹ ਕੀ ਕਰਦੇ ਸੀ ਵੀ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਆਉਂਦੇ ਨਾ ਉਹਨਾਂ ਦਾ ਡਾਟਾ ਇਕੱਠਾ ਕਰਦੇ ਸੀ ਸਾਰਾ, ਅਤੇ ਫਿਰ ਜਿਹੜੇ ਹੋ ਸਕਦਾ ਇਹਨਾਂ ਨੇ ਕੋਈ ਵਿਗਿਆਪਨ ਵੀ ਦਿੱਤੇ ਹੋਣੇ ਆ ਸੋਸ਼ਲ ਮੀਡੀਆ 'ਤੇ, ਇੱਕ ਮੁਹਿੰਮ ਚਲਾਈ ਹੋਵੇ ਵੀ ਸਾਡੇ ਕੋਲ ਆਓ ਅਤੇ ਫਰਜ਼ੀ ਸਰਟੀਫਿਕੇਟ ਪਾਓ। 25,000 ਰੁਪਇਆ ਲੈਂਦੇ ਸੀ ਇੱਕ ਸਰਟੀਫਿਕੇਟ ਬਣਾਉਣ ਦਾ। ਤੁਸੀਂ ਦੇਖੋ ਵੀ ਫਿਰ ਇਹ ਵੀ ਪਤਾ ਲੱਗਿਆ ਜੇ ਬਹੁਤ ਸਾਰੇ ਇਹਨਾਂ ਕੋਲ ਲੋਕ ਸੰਪਰਕ ਵੀ ਕਰਦੇ ਸਨ। ਪਿੱਛੇ ਤੁਹਾਨੂੰ ਯਾਦ ਹੋਣਾ ਕਿ ਆਪਣੇ 700 ਸਟੂਡੈਂਟਸ ਜਿਹੜੇ ਕੈਨੇਡਾ 'ਚ ਨੇ ਉਹਨਾਂ 'ਤੇ ਆਰੋਪ ਲੱਗੇ ਸਨ ਕਿ ਕੁਛ ਫਰਜ਼ੀ ਦਸਤਾਵੇਜ਼ਾਂ ਦੇ ਉੱਤੇ ਉਹ ਇੱਥੇ ਪਹੁੰਚ ਗਏ ਨੇ। ਵੀ ਉਹ ਕਾਲਜ ਹੀ ਨਹੀਂ ਉੱਥੇ ਜਿਨ੍ਹਾਂ 'ਚ ਉਹਨਾਂ ਐਡਮਿਸ਼ਨ ਲਈ, ਉਹ ਕੋਰਸ ਹੀ ਨਹੀਂ ਹੈਗੇ, ਬੜਾ ਰੌਲਾ ਪਿਆ ਸੀ। ਫਿਰ ਇਹ ਬੱਚੇ ਜਦੋਂ ਕੱਲ੍ਹ ਨੂੰ ਜਾਲੀ ਸਰਟੀਫਿਕੇਟ ਲੈ ਕੇ ਇਹਨਾਂ ਦੇ ਨਾਲ ਕੋਈ ਅਭੀਨਵੀ ਹੁੰਦੀ ਹੈ ਜਾਂ ਇਹਨਾਂ ਦੇ ਨਾਲ ਕੋਈ ਧੋਖਾਧੜੀ ਹੁੰਦੀ ਹੈ, ਫਿਰ ਇਹ ਕਰਨਗੇ ਕੀ? ਇਹ ਬੇਸਿਕਲੀ ਇਹ ਲੋਕ ਆਪਣੇ ਆਪ ਨੂੰ ਧੋਖਾ ਦੇ ਰਹੇ ਨੇ। ਪ੍ਰਿੰਸੀਪਲ ਸਾਹਿਬ ਨੇ ਜਿਹੜਾ ਜੋ ਕੁਛ ਕੀਤਾ, ਖੈਰ ਉਹਦੀ ਸਜ਼ਾ ਤਾਂ ਉਹਨਾਂ ਨੂੰ ਕੋਰਟ ਦੇਵੇਗੀ, ਮਾਨਯੋਗ ਅਦਾਲਤ ਦੇਣਗੀਆਂ। ਹੁਣ ਪੁਲਿਸ ਨੂੰ ਇਹ ਸੂਚਨਾ ਸੀਗੀ ਵੀ ਇੱਕ ਗਰੋਹ ਹੈ ਜਿਹੜਾ ਜਲੰਧਰ ਦੇ ਵਿੱਚ ਇਹ ਫਰਜ਼ੀ CBSE ਸਰਟੀਫਿਕੇਟ ਅਤੇ ਹੋਰ ਜਿਹੜੇ ਪੰਜਾਬ ਸਕੂਲ ਐਜੂਕੇਸ਼ਨ ਸਕੂਲ ਬੋਰਡ ਦੇ ਜਿਹੜੇ ਹੈ ਨਾ ਉਹ ਜਿਹੜੇ ਇਹ ਬਣਾਉਂਦੇ ਨੇ। ਤੁਸੀਂ ਦੇਖੋ ਫਰਜ਼ੀ ਸਰਟੀਫਿਕੇਟ ਦਾ ਤੁਸੀਂ ਕਰੋਗੇ ਕੀ? ਅੱਜ ਕੱਲ੍ਹ ਤਾਂ ਹਰ ਸਿਸਟਮ ਔਨਲਾਈਨ ਹੈ। ਸਰਕਾਰ ਜਿਹੜੇ ਪੁਰਾਣੇ ਬੰਦੇ ਆ ਫਰਜ਼ੀ ਸਰਟੀਫਿਕੇਟਾਂ 'ਤੇ ਭਰਤੀ ਹੋਏ ਉਹਨਾਂ ਨੂੰ ਕੱਢ ਰਹੀ ਹੈ। ਵੀ ਤੁਸੀਂ ਕਿਉਂ ਆਪਣਾ ਅਤੇ ਆਪਣੇ ਭਵਿੱਖ ਨਾਲ ਖਿਲਵਾੜ ਕਰ ਰਹੇ ਹੋ ਅਤੇ ਨਾਲ ਦੀ ਨਾਲ ਆਪਣੇ ਪਰਿਵਾਰ ਦੇ ਜਿਹੜੇ ਲੋਕ ਨੇ, ਜੀ ਨੇ, ਮਾਂ ਪਿਓ ਨੇ ਜਾਂ ਤੁਹਾਡੇ ਭੈਣ ਭਰਾ ਨੇ ਉਹਨਾਂ ਨਾਲ ਵੀ ਤੁਸੀਂ ਧੋਖਾ ਕਰ ਰਹੇ ਹੋ ਇਸ ਤਰ੍ਹਾਂ। ਇਸ ਕਰਕੇ ਬਿਲਕੁਲ ਗਲਤ ਕੰਮ ਹੈ ਜਿਹੜਾ ਸਰਟੀਫਿਕੇਟ ਬਣਾਉਣੇ। ਅਸੀਂ ਨਹੀਂ ਸਮਝਦੇ ਕਿ ਇਹ ਬੰਦੇ ਨੂੰ ਵੀ ਜਿਹੜੀ ਹੈ ਵੱਧ ਤੋਂ ਵੱਧ ਨੂੰ ਸਜ਼ਾ ਹੋਣੀ ਚਾਹੀਦੀ ਹੈ ਵੀ ਕਿਸ ਤਰ੍ਹਾਂ ਪ੍ਰਿੰਟਰ
ਜਿਹੜਾ ਉਹ ਲਿਆ ਹੈ ਵੀ ਤੂੰ ਘਰੇ ਬਣਾ ਕੇ ਦੇਈ ਜਾਂਦਾ ਵੀ ਕੀ ਕੀ ਤੂੰ ਜਿਹੜੀ ਹੈ ਸਿੱਖਿਆ ਦੇਵੇਂਗਾ ਬੱਚਿਆਂ ਨੂੰ। ਮਤਲਬ ਹਾਲਾਤ ਇਹ ਦੇਖੋ, ਹੁਣ ਪੁਲਿਸ ਦੇਖਦੀ ਹੈ ਸਾਰਾ ਡਾਟਾ ਇਕੱਠਾ ਕੀਤਾ ਜਾ ਰਿਹਾ ਵੀ ਇੰਨੇ ਕਿਹੜੇ ਬੰਦਿਆਂ ਨੂੰ ਜਿਹੜੇ ਹੈ ਸਰਟੀਫਿਕੇਟ ਵੇਚੇ। 600 ਸਰਟੀਫਿਕੇਟ ਮਿਲਿਆ, ਅਕਸਰ ਕਿਸੇ ਨੂੰ ਤਾਂ ਵੇਚਣਾ ਹੀ ਸੀ ਨਾ ਇਹਨੇ, ਕਿਸੇ ਨੂੰ ਤਾਂ ਬਣਾ ਕੇ ਦੇਣਾ ਹੀ ਸੀ। ਇਹ ਤਾਂ ਚਲੋ ਸਮੇਂ ਰਹਿੰਦਿਆਂ ਪੁਲਿਸ ਨੇ ਫੜ ਲਿਆ, ਅਤੇ ਚਲੋ ਪੁਲਿਸ ਦਾ ਵੀ ਧੰਨਵਾਦ। ਵੈਸੇ ਬਹੁਤ ਸਾਰੀਆਂ ਐਸੇ ਆਰੋਪ ਵੀ ਲੱਗਦੇ ਵੀ ਫਰਜ਼ੀ ਡਿਗਰੀਆਂ ਲੈ ਕੇ ਲੋਕ ਨੌਕਰੀਆਂ ਕਰਦੇ ਨੇ, ਅਤੇ ਐਸੀਆਂ ਯੂਨੀਵਰਸਿਟੀਆਂ ਤੋਂ ਉਹ ਡਿਗਰੀਆਂ ਲਈਆਂ ਜਿਹੜੀਆਂ ਉਹ ਯੂਨੀਵਰਸਿਟੀ ਡਿਗਰੀਆਂ ਨਹੀਂ ਕਰਾਉਂਦੀਆਂ। ਅਤੇ ਚਲੋ ਰੱਬ ਹੀ ਰੱਖਿਆ, ਮੇਰਾ ਭਾਰਤ ਮਹਾਨ। 100 ਮੇਂ 99 ਬੇਈਮਾਨ, ਇਹ ਤਾਂ ਹਮੇਸ਼ਾ ਹੀ ਰਹਿੰਦਾ ਹੈ। ਜੀ ਜੀ। ਤੇ ਸਰ, ਰਜੌਰੀ ਦੇ ਖੰਨਾ ਦੇ ਵਿੱਚ ਅਗਨੀਵੀਰ ਨੇ ਅਜੇ ਸਿੰਘ ਜੀ, ਉਹਨਾਂ ਨੇ ਆਪਣੀ ਛੁੱਟੀ ਤੇ ਆਉਣਾ ਸੀਗਾ ਤੇ ਪਰ ਉਹਨਾਂ ਦੀ ਮ੍ਰਿਤਿਊ ਹੋ ਗਈ ਹੈ ਤੇ ਉਹਨਾਂ ਦਾ ਪੂਰਾ ਪਰਿਵਾਰ। ਰਜੌਰੀ ਪੁੰਛ ਦੇ ਕੋਲ ਹੈ ਤੇ ਖੰਨਾ ਸਾਡੇ ਪੰਜਾਬ ਦੇ ਨੇ, ਇੱਥੋਂ ਦੇ ਸੀਗੇ। ਅਗਨੀਵੀਰ ਅਜੇ ਸਿੰਘ ਇਹਨਾਂ ਦਾ ਨਾਂ ਹੈ। ਖੰਨਾ ਦੇ ਕੋਲ ਇਹਨਾਂ ਦਾ ਪਿੰਡ ਹੈ, ਰਾਮਗੜ੍ਹ ਸਰਦਾਰ ਦਾ ਰਹਿਣ ਵਾਲਾ ਸੀ। 23 ਸਾਲ ਇਹਨਾਂ ਦੀ ਉਮਰ ਸੀ ਅਤੇ ਜੰਮੂ ਕਸ਼ਮੀਰ 'ਚ ਸ਼ਹੀਦ ਹੋਏ ਨੇ। ਉੱਥੇ ਨਾ ਨੌਸ਼ਹਿਰਾ ਸੈਕਟਰ 'ਚ ਇੱਕ ਬਰੂਦੀ ਸੁਰੰਗ ਸੀਗੀ, ਉੱਥੇ ਵਿਸਫੋਟ ਹੋਇਆ। ਇਹਨਾਂ ਦੇ ਨਾਲ ਹੋਰ ਵੀ ਕੁਛ ਲੋਕ ਸਨ, ਉਹ ਵੀ ਜ਼ਖਮੀ ਹੋਏ ਨੇ। ਅਤੇ ਪਰ ਦੇਖੋ ਤੁਸੀਂ, ਇਹ 2022 ਦੇ ਵਿੱਚ ਅਗਨੀਵੀਰ ਜਦੋਂ ਸਰਕਾਰ ਨੇ ਸ਼ੁਰੂ ਕੀਤੀ ਸੀ ਨਾ, ਸੈਂਟਰ ਗੌਰਮੈਂਟ ਨੇ ਵੀ 4 ਸਾਲ ਵਾਸਤੇ ਭਰਤੀ ਕੀਤਾ ਜਾਏਗਾ, ਅਗਨੀਵੀਰ ਦਾ ਨਾਂ ਦਿੱਤਾ ਗਿਆ ਸੀ, ਉਦੋਂ ਇਹ ਭਰਤੀ ਹੋਇਆ ਸੀਗਾ। ਅਤੇ ਨੌਸ਼ਹਿਰਾ ਸੈਕਟਰ 'ਚ ਬਰੂਦੀ ਸੁਰੰਗ ਦਾ ਜਿਹੜਾ ਵਿਸਫੋਟ ਹੋਇਆ, ਉੱਥੇ ਇਹਨਾਂ ਨੇ ਸ਼ਹਾਦਤ ਪਾਈ ਹੈ। ਹੁਣ ਤੁਸੀਂ ਦੇਖੋ, ਇਹਨਾਂ ਦੇ ਘਰ ਦੇ ਵਿੱਚ ਇਹਨਾਂ ਦੇ ਬਜ਼ੁਰਗ ਮਾਤਾ ਪਿਤਾ ਅਤੇ 6 ਭੈਣਾਂ, ਜੇ 4 ਭੈਣਾਂ ਦੀ ਸ਼ਾਦੀ ਹੋ ਚੁੱਕੀ ਅਤੇ 2 ਜਿਹੜੀਆਂ ਉਹ ਕੁਆਰੀਆਂ ਹੈ ਅਜੇ ਵੀ। ਅਤੇ ਲੁਧਿਆਣਾ ਦੇ ਪਾਇਲ ਦੇ ਜਿਹੜੇ SDM ਨੇ, ਉਹ ਇਹਨਾਂ ਦੇ ਪਰਿਵਾਰ ਨਾਲ ਮਿਲਣ ਗਏ। ਚਲੋ, ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਦੁੱਖ ਸਾਂਝਾ ਕੀਤਾ ਪਰਿਵਾਰ ਦੇ ਨਾਲ ਅਤੇ ਆਖਿਆ ਵੀ ਮੁਸੀਬਤ ਦੀ ਘੜੀ ਦੇ ਨਾਲ ਪੰਜਾਬ ਸਰਕਾਰ ਪਰਿਵਾਰ ਦੇ ਨਾਲ ਹੈ ਅਤੇ ਆਪਣੇ ਵੱਲੋਂ ਜਿਹੜੀ ਨੀਤੀ ਹੈ ਜੋ ਵੀ ਉਹਦੇ ਅਨੁਸਾਰ ਪਰਿਵਾਰ ਨੂੰ ਮਦਦ ਵੀ ਦਿੱਤੀ ਜਾਏਗੀ। ਤੁਸੀਂ ਦੇਖੋ, ਸ਼ਹੀਦ ਅਜੀਤ ਸਿੰਘ ਦੇ ਜਿਹੜੇ ਪਿਤਾ ਨੇ ਚਰਨਜੀਤ ਸਿੰਘ, ਉਹਨਾਂ ਦੱਸਿਆ ਕਿ 6 ਕੁੜੀਆਂ ਤੋਂ ਬਾਅਦ ਉਹਨਾਂ ਨੇ ਬੇਟਾ ਉਹਨਾਂ ਦੇ ਘਰ ਹੋਇਆ ਸੀਗਾ ਅਤੇ ਬਹੁਤ ਮੰਨਤਾਂ ਮੰਗੀਆਂ, ਫਿਰ ਇਹ ਬੇਟਾ ਹੋਇਆ। ਮਜ਼ਦੂਰੀ ਕਹਿੰਦੇ ਕਰਦੇ ਸੀ ਅਤੇ ਉਹ ਜਿਹੜਾ ਮੁੰਡਾ ਵੀ ਕਹਿੰਦੇ ਮੇਰਾ ਬਹੁਤ ਮਿਹਨਤੀ ਸੀਗਾ ਅਤੇ ਮੇਰੀ ਘਰਵਾਲੀ ਵੀ ਕਹਿੰਦੇ ਪ੍ਰਾਈਵੇਟ ਕੰਮ ਕਰਦੀ ਸੀ, ਬੇਟੀਆਂ ਵੀ ਪ੍ਰਾਈਵੇਟ ਜੋਬ ਕਰਦੀਆਂ ਸੀ ਅਤੇ ਇਹ ਪੇਂਟ ਵੀ ਕਰਦਾ ਸੀਗਾ ਅਤੇ ਕਦੀ ਕਦੀ ਰਾਜ ਮਿਸਤਰੀ ਦੇ ਨਾਲ ਦਿਹਾੜੀ 'ਤੇ ਵੀ ਜਾਂਦਾ ਸੀ ਜਦੋਂ ਅਗਨੀਵੀਰ ਨਹੀਂ ਸੀ ਭਰਤੀ ਹੋਇਆ ਹੈ। 12ਵੀਂ ਪਾਸ ਹੁੰਦਾ ਹੈ ਅਤੇ 2022 ਦੇ ਵਿੱਚ ਅਗਨੀਵੀਰ ਭਰਤੀ ਹੋ ਜਾਂਦਾ। ਕਹਿੰਦੇ ਮੈਨੂੰ ਉਮੀਦ ਸੀ ਕਿ ਹੁਣ ਮੇਰਾ ਜਿਹੜਾ ਨਾ ਮੁੰਡਾ ਮੇਰਾ ਸਹਾਰਾ ਬਣ ਗਿਆ ਅਤੇ ਪਰਿਵਾਰ ਨੂੰ ਇਹ ਗੁਰਬਤ 'ਚੋਂ ਕੱਢੇਗਾ, ਪਰ ਪਤਾ ਨਹੀਂ ਸੀ ਕਹਿੰਦੇ ਵੀ ਉਹਨਾਂ ਦਾ ਮੁੰਡਾ ਜਿਹੜਾ ਸ਼ਹੀਦ ਹੋ ਜਾਏਗਾ। ਕਹਿੰਦੇ ਸ਼ਹਾਦਤ 'ਤੇ ਮੈਨੂੰ ਗਰਵ ਹੈ ਆਪਣੇ ਬੇਟੇ ਦੀ, ਮੈਂ ਇਹ ਬੱਚੇ ਦੇ ਦੁੱਖ ਨੂੰ ਕਦੀ ਭੁੱਲਿਆ ਨਹੀਂ ਜਾ ਸਕਦਾ। ਇਹ ਵੀ ਦੱਸ ਦਈਏ ਕਿ 23 ਅਗਸਤ ਜਿਹੜਾ 2023 ਦੇ ਵਿੱਚ ਇਹ ਉਦੋਂ ਪਰਿਵਾਰ ਦੇ ਨਾਲ ਇਹਨੇ ਆਪਣਾ ਬਰਥਡੇ ਮਨਾਇਆ ਸੀ ਅਤੇ ਉਦੋਂ ਹੀ ਸੈਨਾ ਦੀ ਵਰਦੀ ਪਾ ਕੇ ਇਹਨਾਂ ਨੇ ਆਪਣੇ ਪਰਿਵਾਰ ਨੂੰ ਸਲੂਟ ਵੀ ਮਾਰਿਆ ਸੀ। ਉਹਨਾਂ ਦੇ ਪਿਤਾ ਨੇ ਇਹ ਵੀ ਕਿਹਾ ਵੀ ਅਗਨੀਵੀਰ ਦੀ ਭਰਤੀ ਜਿਹੜੀ ਹੁੰਦੀ ਹੈ ਵੀ ਸਰਕਾਰ 4 ਸਾਲ ਵਾਸਤੇ ਇਹਨਾਂ ਨੂੰ ਭਰਤੀ ਕਰਦੀ ਹੈ, ਕੋਈ ਪੈਨਸ਼ਨ ਨਹੀਂ, ਕੋਈ ਹੋਰ ਲਾਭ ਨਹੀਂ ਦਿੱਤਾ ਜਾਂਦਾ। ਅੱਜ ਉਹਨਾਂ ਦਾ ਬੇਟਾ ਕਹਿੰਦਾ ਵੀ ਦੇਸ਼ ਲਈ ਸ਼ਹੀਦ ਹੋਇਆ ਅਤੇ ਬਾਕੀ ਜਵਾਨ ਵੀ ਜਿਹੜੇ ਦੇਸ਼ ਦੇ ਬੇਟੇ ਨੇ। ਅਤੇ ਕੇਂਦਰ ਸਰਕਾਰ ਨੂੰ ਕਹਿੰਦੇ ਵੀ ਅਗਨੀਵੀਰਾਂ ਨੂੰ ਜਿਹੜੀਆਂ ਦੂਸਰੇ ਸੈਨਿਕ ਨੇ ਉਹਨਾਂ ਦੀ ਬਣਤੀ ਸੁਵਿਧਾਵਾਂ ਦੇਣੀਆਂ ਚਾਹੀਦੀਆਂ। ਤੁਹਾਨੂੰ ਯਾਦ ਹੋਣਾ ਜਦੋਂ ਇਹ ਯੋਜਨਾ ਸ਼ੁਰੂ ਹੋਈ ਸੀ ਬੜਾ ਇਹਦਾ ਵਿਰੋਧ ਵੀ ਹੋਇਆ ਸੀ, ਉਹ ਕਹਿੰਦੇ ਸੀ ਵੀ ਤੁਸੀਂ ਕਿਸ ਤਰ੍ਹਾਂ ਇਹਨਾਂ ਨੂੰ ਟੈਂਕ ਚਲਾਉਣ ਦੀ ਟ੍ਰੇਨਿੰਗ ਦਿਓਗੇ, 4 ਸਾਲ ਬਾਅਦ ਤੁਸੀਂ ਬੱਚੇ ਨੂੰ ਕਹੋਗੇ ਘਰ ਜਾ। ਹਾਲਾਂਕਿ ਸਰਕਾਰਾਂ ਦਾ ਆਪਣਾ ਤਰਕ ਹੁੰਦਾ ਵੀ ਨਹੀਂ ਇਹਦੇ ਬਹੁਤ ਫਾਇਦੇ ਨੇ। ਚਲੋ, ਬਾਕੀ ਸਾਡੀ ਸੰਵੇਦਨਾ ਇਸ ਪਰਿਵਾਰ ਦੇ ਨਾਲ। ਹੁਣ ਉਹਨਾਂ ਨੇ ਕਿਹਾ ਵੀ ਪੰਜਾਬ ਸਰਕਾਰ ਜੇ ਉਹਨਾਂ ਦੀ ਕੁੜੀ ਨੂੰ ਨੌਕਰੀ ਦੇ ਦੇਵੇ ਤਾਂ ਬਹੁਤ ਮਿਹਰਬਾਨੀ ਹੋਏਗੀ, ਕਿਉਂਕਿ ਪਰਿਵਾਰ ਜਿਹੜਾ ਉਹ ਜਿਹੜੀ ਉਹਦੀ ਆਰਥਿਕ ਸਥਿਤੀ ਹੈ ਉਹ ਠੀਕ ਨਹੀਂ ਹੈ।
ਤੇ ਸਰ ਸਾਧੂ ਸਿੰਘ ਧਰਮਸੋਤ ਜੀ ਉਹਨਾਂ ਨੂੰ ਉਹਨਾਂ ਦੀ ਜਿਹੜੀ ਰਿਮਾਂਡ ਹੈ ਉਹ ਕਰ ਫਿਰ ਮਿਲ ਗਈ ਹੈ, ਜਿਹਦੇ ਕਰਕੇ ਜੋ ਕਾਂਗਰਸ ਹੈ ਉਹ ਕਾਫੀ ਹੱਦ ਤੱਕ ਇੱਧਰ ਉੱਧਰ ਨਜ਼ਰ ਆ ਰਹੀ ਹੈ, ਖਿਲਰੀ ਪੁਲਰੀ ਖਿਲਰੀ ਤਾਂ ਪਹਿਲੇ ਹੀ ਜੀ ਆਪਸ 'ਚ ਲੜੀ ਜਾਂਦੇ, ਤੁਸੀਂ ਦੇਖੋ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਰੈਲੀ ਰੱਖੀ ਹੈ, 19 ਤਰੀਕ ਹੋ ਗਈ ਹੈ, 21 ਤਰੀਕ ਨੂੰ ਵੀ ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਵੱਖ ਚੱਲ ਰਹੇ, ਪਰ ਉਹਨਾਂ ਨੂੰ ਕੋਈ ਅਸਰ ਉਸਰ ਨਹੀਂ ਹੁੰਦਾ, ਕਹਿੰਦੇ ਮੈਂ ਤਾਂ ਰੈਲੀਆਂ ਕਰੂੰਗਾ। ਹੁਣ ਤੁਹਾਨੂੰ ਦੋ ਦਿਨ ਪਹਿਲੇ ਸਾਧੂ ਸਿੰਘ ਧਰਮਸੋਤ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀਗਾ ਕਰੋੜਾਂ ਰੁਪਏ ਮਨੀ ਲਾਂਡਰਿੰਗ ਨੂੰ ਲੈ ਕੇ, ਅਤੇ ਅੱਜ ਈਡੀ ਨੇ ਜਦੋਂ ਉਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਅਤੇ ਦੋ ਦਿਨਾਂ ਦਾ ਰਿਮਾਂਡ ਵੀ ਲਿਆ, ਈਡੀ ਨੇ ਕਿਹਾ ਵੀ ਇਹਨਾਂ ਦੇ ਬੈਂਕ ਖਾਤੇ, ਪ੍ਰੋਪਰਟੀ, ਹੋਰ ਜਿਹੜੀਆਂ ਚੀਜ਼ਾਂ ਇਹਦੀ ਪੜਤਾਲ ਕਰਨੀ ਹੈ, ਅਤੇ ਸਾਧੂ ਸਿੰਘ ਧਰਮਸੋਤ ਦਾ ਰਿਮਾਂਡ ਦੋ ਦਿਨ ਦਾ ਹੋਰ ਮਿਲ ਜਾਂਦਾ, ਅਤੇ ਉਸ ਦੌਰਾਨ ਮੀਡੀਆ ਉਹਨਾਂ ਨਾਲ ਗੱਲ ਕਰਨੀ ਚਾਹੁੰਦਾ ਪਰ ਉਹ ਮੀਡੀਆ ਨਾਲ ਗੱਲ ਨਹੀਂ ਕਰਦੇ, ਅਤੇ ਇਹਨਾਂ ਨੂੰ ਸੋਮਵਾਰ ਗ੍ਰਿਫਤਾਰ ਕੀਤਾ ਗਿਆ ਸੀਗਾ। ਇਹਨਾਂ ਦੇ ਉੱਪਰ ਜੰਗਲਾਤ ਜਦੋਂ ਡਿਪਾਰਟਮੈਂਟ ਦੇ ਮੰਤਰੀ ਸਨ, ਫੋਰੈਸਟ ਡਿਪਾਰਟਮੈਂਟ ਦੇ, ਅਤੇ 500-500 ਰੁਪਇਆ ਲੈਂਦੇ ਸੀ ਦਰਖਤ ਕਟਾਉਣ ਦਾ, ਕਹਿੰਦੇ ਕੋਈ ਗੱਲ ਨਹੀਂ 500 ਦਿਓ ਮੈਨੂੰ, ਜਿੰਨੇ ਵੀ 1000 ਪੇੜ ਕੱਟਣੇ ਜੇ ਉਹਦੇ ਹਿਸਾਬ ਨਾਲ 500 ਨੂੰ ਗੁਣਾ ਕਰ ਲਓ ਅਤੇ ਬਾਕੀ ਜੋ ਮਰਜ਼ੀ ਕਰੀ ਜਾਓ, ਅਤੇ ਨਾਲ ਦੀ ਨਾਲ ਕੋਈ ਡਿਸਟ੍ਰਿਕਟ ਫੋਰੈਸਟ ਆਫਿਸਰ ਲੱਗਣਾ ਹੈ, ਕੋਈ ਰੇਂਜ ਅਫਸਰ ਲੱਗਣਾ ਹੈ, ਜਾਂ ਹੋਰ ਵੀ ਜਿਹੜੀਆਂ ਭਰਤੀਆਂ ਕਿਤੇ ਬਦਲੀ ਕਰਾਉਣੀ ਨਾ, ਫਿਕਸ ਰੇਟ ਸੀਗਾ 10-20 ਲੱਖ, 5-10 ਲੱਖ, 1-5 ਲੱਖ ਉਹ ਫਿਰ ਲੈਂਦੇ ਸਨ। ਤਾਂ ਈਡੀ ਨੇ ਹੁਣ ਫਿਰ ਤੁਹਾਨੂੰ ਪਤਾ ਵੀ ਗ੍ਰਿਫਤਾਰ ਕਰ ਲਿਆ ਇਹਨਾਂ ਨੂੰ, ਅਤੇ ਸੰਗਤ ਸਿੰਘ ਗਿਲਜੀਆਂ ਦੇ ਵੀ ਮਾਰੀ ਹੀ ਛਾਪਾ ਈਡੀ ਸਾਹਮ ਈਡੀ ਨੇ, ਪਰ ਉਹ ਲੱਭੇ ਨਹੀਂ। ਪਰ ਹੁਣ ਜਦੋਂ ਕਾਂਗਰਸ ਦੀ ਜਿਹੜੇ ਲੀਡਰਸ਼ਿਪ ਹੈ ਨਾ, ਉਹ ਕਿਤੇ ਨਾ ਕਿਤੇ ਵਿਜੀਲੈਂਸ ਤੋਂ ਬਾਅਦ ਈਡੀ ਦੀ ਜਿਹੜੀ ਐਂਟਰੀ ਹੋਈ ਨਾ, ਉਹਨੂੰ ਲੈ ਕੇ ਪਰੇਸ਼ਾਨ ਹੈ। ਤੁਹਾਨੂੰ ਇਹ ਵੀ ਯਾਦ ਹੈ ਕਿ ਕਿਸ ਤਰ੍ਹਾਂ ਵਿਜੀਲੈਂਸ ਨੇ ਲਗਾਤਾਰ ਪੰਜਾਬ ਵਿਜੀਲੈਂਸ ਨੇ ਬਹੁਤ ਸਾਰੇ ਸਾਬਕਾ ਮੰਤਰੀ ਹੋਣ, ਡਿਪਟੀ CM ਹੋਣ, ਕਈ MLA ਸਾਹਿਬਾਨ ਨੇ ਉਹਨਾਂ ਨੂੰ ਅੰਦਰ ਕਰਤਾ, ਵੀ ਉਹਨਾਂ 'ਤੇ ਬਹੁਤ ਤਰ੍ਹਾਂ ਦੇ ਆਰੋਪ ਨੇ, ਅਤੇ ਹੁਣ ਈਡੀ ਦੀ ਐਂਟਰੀ ਹੋਈ ਹੈ, ਅਤੇ ਇਹ ਕਹਿੰਦੇ ਵੀ ਜਿਹੜੀ ਹੈ ਨਾ ਖਤਰਨਾਕ ਹੈ ਸਾਡੇ ਲਈ। ਤੁਸੀਂ ਦੇਖੋ ਕਿਸ ਤਰ੍ਹਾਂ ਸਾਧੂ ਸਿੰਘ ਧਰਮਸੋਤ ਤੋਂ ਪਹਿਲੇ ਭਾਰਤ ਭੂਸ਼ਣ ਆਸ਼ੂ ਉਹਦੇ ਵੀ ਜਿਹੜਾ ਛਾਪਾਮਾਰੀ ਹੋ ਚੁੱਕੀ ਹੈ, ਚਰਨਜੀਤ ਸਿੰਘ ਚੰਨੀ ਦੇ ਭਾਂਜੇ ਜਿਹੜੇ ਭਤੀਜੇ ਨੇ ਜਿਨ੍ਹਾਂ ਦੇ ਉੱਪਰ ਅਵੈਧ ਖਨਨ ਦੇ ਆਰੋਪ ਲੱਗੇ ਸਨ, ਈਡੀ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਸੀ, ਕਈ ਮਹੀਨੇ ਅੰਦਰ ਰਹਿਣਾ ਪਿਆ ਸੀਗਾ, 8 ਕਰੋੜ ਰੁਪਇਆ ਕੈਸ਼ ਵੀ ਮਿਲਿਆ ਸੀਗਾ। ਹੁਣ ਜਿਹੜਾ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਉਹ ਕਹਿੰਦੇ ਵੀ ਜਿਹੜੀ ਹੈ ਨਾ ਆਮ ਆਦਮੀ ਪਾਰਟੀ ਦੀ ਬੀ ਟੀਮ ਹੈ, ਵੀ ਇਹਨਾਂ ਦਾ ਇੱਕੋ ਜਿਹਾ ਕੰਮ ਹੈ, ਇੱਥੇ ਕਹਿੰਦੇ ਇਹ ਵਿਜੀਲੈਂਸ ਨੇ ਤੰਗ ਕੀਤਾ, ਹੁਣ ਉਹ ਦੂਜੇ ਪਾਸੇ ਕਹਿੰਦੇ ਵੀ ਈਡੀ ਜਿਹੜੀ ਆ ਉਹ ਪਰੇਸ਼ਾਨ ਕਰੀ ਜਾਂਦੀ ਆ। ਹੁਣ ਤੁਸੀਂ ਦੇਖੋ ਸੁਖਪਾਲ ਸਿੰਘ ਖਹਿਰਾ ਨੇ ਜਿਹਨਾਂ ਨੂੰ ਕੁਛ ਦਿਨ ਪਹਿਲੇ ਜ਼ਮਾਨਤ ਮਿਲੀ ਹੈ, ਉਹ ਵੀ ਕਹਿੰਦੇ ਵੀ BJP ਅਤੇ ਆਮ ਆਦਮੀ ਪਾਰਟੀ 'ਚ ਬਹੁਤ ਸਾਰੀਆਂ ਸਮਾਨਤਾਵਾਂ ਨੇ, ਅਤੇ ਇਸ ਕਰਕੇ ਤੁਸੀਂ ਦੇਖੋ ਵੀ ਦੋਵੇਂ ਰਾਸ਼ਟਰੀ ਦਲ ਆਪਣੇ ਆਪਣੇ ਵਿਰੋਧੀਆਂ ਦੇ ਖਿਲਾਫ ਰਾਜਨੀਤਿਕ ਜਿਹੜਾ ਬਦਲੇ ਲੈਣ ਵਾਸਤੇ ਆਪਣੀਆਂ ਆਪਣੀਆਂ ਏਜੰਸੀਆਂ ਦਾ ਇਸਤੇਮਾਲ ਕਰਦੇ ਨੇ, ਅਤੇ ਕਿਤੇ ਇਹ ਨਾ ਹੋਵੇ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਹੋਰ ਕਾਂਗਰਸੀ ਨੇ ਉਹਨਾਂ ਦੇ ਉੱਤੇ ਵੀ ਈਡੀ ਜਿਹੜੀ ਇਹ ਸ਼ਿਕੰਜਾ ਕੱਸ ਲਵੇ, ਕਿਉਂਕਿ ਆਰੋਪ ਇਹ ਲੱਗਦੇ ਆ ਜੋ ਮਾਨ ਸਾਹਿਬ ਜਿਹੜੇ ਲਾਉਂਦੇ ਵੀ ਇਹਨਾਂ ਨੇ ਪੰਜਾਬ ਦਾ ਬਹੁਤ ਸਾਰਾ ਪੈਸਾ ਖਾਧਾ। ਪਰ ਇਹਨਾਂ ਤੋਂ ਪਹਿਲੇ ਅਕਾਲੀ ਦਲ ਦੀ ਵੀ ਸਰਕਾਰ ਸੀ, ਸਿੰਚਾਈ ਘੁਟਾਲਾ ਹੋਇਆ 1200 ਕਰੋੜ ਰੁਪਏ ਦਾ, ਅਜੇ ਤੱਕ ਉਹ ਜਿਹੜੇ ਦੋਸ਼ੀ ਉਹ ਬਾਹਰ ਹੀ ਤੁਰੇ ਫਿਰਦੇ, ਵੀ ਈਡੀ ਦੀ ਨਜ਼ਰ ਖੈਰ ਉੱਧਰ ਵੀ ਹੋਣੀ ਚਾਹੀਦੀ ਵੀ ਜਿਹੜੇ ਕਿਹੜੇ ਅਫਸਰ ਸਨ। ਉਹ ਇੱਕ ਗੁਰਿੰਦਰ ਸਿੰਘ ਪਾਪਾ ਸੀ, ਦੇਖੋ ਨਾ ਉਹਨੂੰ ਕਿੱਥੋਂ ਕਿੱਥੇ ਪਹੁੰਚਾਤਾ, 3 ਕਰੋੜ ਤੋਂ ਦੀ 300-400 ਕਰੋੜ ਦੀ ਕੰਪਨੀ ਬਣਾਤੀ, ਵੀ ਉਹਦੇ 'ਤੇ ਮੈਂ ਉਹਨੂੰ ਤਾਂ ਤੁਸੀਂ ਮੰਨੋ ਕੋਲਿਨ ਵੀ ਜਦੋਂ ਟੈਂਡਰ ਨਿਕਲਦੇ ਸੀ ਨਾ ਅਤੇ ਉਹਨੂੰ ਮਸ਼ੀਨਰੀ ਵੀ ਲੈ ਕੇ ਦਿੰਦੇ ਸੀ ਉਹਨੂੰ ਆਪਣੇ ਪੈਸਿਆਂ 'ਚ ਵਡਵਾਸ ਦੇ ਕੇ, ਅਤੇ ਇਸ ਕਰਕੇ ਚਲੋ ਹੁਣ ਈਡੀ ਨੂੰ ਲੱਗਦਾ ਵੀ ਈਡੀ ਉੱਥੇ ਵੀ ਧਿਆਨ ਕਰੂਗੀ। ਬਿਲਕੁਲ। ਅਤੇ ਸਰ ਅਕਾਲੀ ਦਲ ਜੋ ਹੈ ਉਹ 1 ਤਰੀਕ ਤੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕਰਨ ਵਾਲੀ ਹੈ। ਦੇਖੋ ਪੰਜਾਬ ਬਚਾਓ ਯਾਤਰਾ ਸ਼ੁਰੂ ਹੋ ਰਹੀ ਹੈ, ਉਹਦਾ ਮਾਨ ਸਾਹਿਬ ਨੇ ਆਖਿਆ ਸੀ ਵੀ ਕਹਿੰਦੇ ਵੀ ਪਹਿਲੇ ਅਕਾਲੀ ਦਲ 'ਤੇ ਬਚਾ ਲਓ, ਨਵਜੋਤ ਸਿੰਘ ਸਿੱਧੂ ਨੇ ਵੀ ਆਖਿਆ ਵੀ ਕਹਿੰਦੇ ਵੀ ਨਾਂ ਗਲਤ ਰੱਖਿਆ ਵੀ ਪੰਜਾਬ ਬਚਾਓ ਨਹੀਂ ਅਕਾਲੀ ਦਲ ਬਚਾਓ ਯਾਤਰਾ ਹੋਣੀ ਚਾਹੀਦੀ ਹੈ। 1 ਤਰੀਕ ਤੋਂ ਅਟਾਰੀ ਜਿਹੜਾ ਭਾਰਤ ਪਾਕਿਸਤਾਨ ਸਰਹੱਦ ਤੋਂ ਸ਼ੁਰੂ ਹੋਣੀ ਜੇ, ਅਤੇ 1 ਮਹੀਨੇ ਦੇ 42-43 ਹਲਕਿਆਂ 'ਚ ਜਾਏਗੀ ਇਹ ਪ੍ਰੋਗਰਾਮ ਜਿਹੜਾ ਉਲੀਕਿਆ ਗਿਆ। ਅਤੇ ਸੁਖਬੀਰ ਸਿੰਘ ਬਾਦਲ ਸਾਹਿਬ ਜਿਹੜੇ ਆ ਉਹ ਸਵੇਰੇ 1 ਤਰੀਕ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ
ਪਹਿਲੇ ਨਤਮਸਤਕ ਹੋਣਗੇ, ਮੱਥਾ ਟੇਕਣਗੇ, ਓਟ ਆਸਰਾ ਲੈਣਗੇ ਅਤੇ ਫਿਰ ਯਾਤਰਾ ਸ਼ੁਰੂ ਕਰਨਗੇ। ਇਹ ਜਾਣਕਾਰੀ ਦਿੱਤੀ ਹੈ ਡਾਕਟਰ ਦਲਜੀਤ ਸਿੰਘ ਚੀਮਾ ਨੇ, ਸੀਨੀਅਰ ਆਗੂ ਨੇ ਅਕਾਲੀ ਦਲ ਦੇ। ਉਹ ਕਹਿੰਦੇ ਵੀ ਯਾਤਰਾ ਦੇ ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਵਾਂ ਨੂੰ ਬੇਨਕਾਬ ਕੀਤਾ ਜਾਏਗਾ ਅਤੇ ਦੱਸਿਆ ਜਾਏਗਾ ਕਿਵੇਂ ਸਮੇਂ ਦੀਆਂ ਅਕਾਲੀ ਦਲ ਦੀਆਂ ਸਰਕਾਰਾਂ ਨੇ ਸੂਬੇ ਦਾ ਵਿਕਾਸ ਕਰਾਇਆ ਅਤੇ ਪਿਛਲੀ ਜਿਹੜੀ ਕਾਂਗਰਸ ਦੀ ਸਰਕਾਰ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਜਾਂ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਅਤੇ ਉਹਨਾਂ ਨੇ ਅਤੇ ਹੁਣ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬੀਆਂ ਨਾਲ ਧੱਕਾ ਕੀਤਾ, ਕੋਈ ਵਿਕਾਸ ਨਹੀਂ ਕੀਤਾ, ਕੋਈ ਰੋਜ਼ਗਾਰ ਨਹੀਂ ਦਿੱਤੇ, ਕਿਸਾਨਾਂ ਦਾ ਵੀ ਕਹਿੰਦੇ ਕਰਜ਼ਾ ਕੁਰਜ਼ਾ ਮਾਫ਼ ਨਹੀਂ ਕੀਤਾ। ਇਸ ਕਰਕੇ ਕਹਿੰਦੇ ਸੀ ਲੋਕਾਂ ਨੂੰ ਦੱਸਾਂਗੇ ਵੀ ਅਕਾਲੀ ਦਲ ਜਿਹੜਾ ਉਹ ਇੱਕੋ ਇੱਕ ਖੇਤਰੀ ਪਾਰਟੀ ਹੈ ਜਿਹੜੀ ਕਿ ਪੰਜਾਬ ਅਤੇ ਪੰਜਾਬੀਆਂ ਦਾ ਭਲਾ ਚਾਹੁੰਦੀ ਹੈ। ਉਹ ਕਹਿੰਦੇ ਵੀ ਜੋ ਵੀ ਇਹਨਾਂ ਨੇ 20-22 ਮਹੀਨਿਆਂ 'ਚ ਕੀਤਾ ਅਕਾਲੀ ਦਲ ਆਮ ਆਦਮੀ ਪਾਰਟੀ ਨੇ, ਅਸੀਂ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਅਤੇ ਦੱਸਾਂਗੇ ਉਹਨਾਂ ਨੂੰ ਵੀ ਜਦੋਂ ਸਾਡੀ ਅਕਾਲੀ ਦਲ ਦੀ ਸਰਕਾਰ ਸੀ ਪੰਜਾਬ ਦੇ ਵਿੱਚ ਅਸੀਂ ਕੀ ਕਰਾਇਆ ਅਤੇ ਹੁਣ ਇਹ ਕੀ ਕਰ ਰਹੇ ਨੇ। ਚਲੋ ਵੈਸੇ ਤਾਂ 3 ਸੀਟਾਂ ਆ ਗਈਆਂ ਇਹਨਾਂ ਦੀਆਂ ਵਿਧਾਨ ਸਭਾ 'ਚ, ਇੰਨੇ ਥੱਲੇ ਤੱਕ ਤਾਂ ਕਦੀ ਨਹੀਂ ਸੀ ਗਏ। ਹੁਣ ਲੋਕਾਂ ਨੇ ਕੁਛ ਤਾਂ ਦੇਖਿਆ ਹੀ ਹੋਣਾ ਨਾ ਜੀ, ਵੀ ਕੁਛ ਜਾਂ ਤੁਸੀਂ ਲੋਕਾਂ ਨੂੰ ਦੱਸਣ 'ਚ ਕਾਮਯਾਬ ਨਹੀਂ ਹੋਏ। ਮੈਂ ਵੀ ਇਹੀ ਕਹਿਣ ਲੱਗੀ ਸੀ ਤੁਹਾਨੂੰ ਕਿ ਮਤਲਬ ਜੇ ਅਸੀਂ ਕੰਮ ਕੀਤਾ ਹੋਏਗਾ ਤਾਂ ਉਹਦੇ ਬਾਰੇ ਮੈਨੂੰ ਨਹੀਂ ਲੱਗਦਾ ਢਿੰਡੋਰਾ ਪਿੱਟਣ ਦੀ ਲੋੜ ਹੁੰਦੀ ਹੈ, ਕਿਉਂਕਿ ਜੇ ਕੰਮ ਕੀਤਾ ਹੈ ਤਾਂ ਕਹਿੰਦੇ ਨਾ ਕਿ ਕੰਮ ਬੋਲਦਾ ਹੈ, ਬਿਲਕੁਲ ਠੀਕ ਹੈ, ਤੇ ਉਦੋਂ ਨਹੀਂ ਇਹਨਾਂ ਚੀਜ਼ਾਂ ਦੀ ਮੈਨੂੰ ਲੱਗਦਾ ਲੋੜ ਪੈਂਦੀ। ਬਿਲਕੁਲ, ਅਸੀਂ ਤਾਂ ਕਈ ਵਾਰੀ ਕਾਲਿੰਗ ਕਹਿੰਦੇ ਜਦੋਂ ਸਰਕਾਰ ਵੇਖੋ ਵੱਡੇ ਵੱਡੇ ਹੋਰਡਿੰਗ ਲਗਾਉਂਦੀ ਹੈ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ, ਅਸੀਂ ਤਾਂ ਕਹਿੰਦੇ ਵੀ ਫਿਰ ਤਾਂ ਤੁਹਾਨੂੰ ਕੋਈ ਲੋੜ ਹੀ ਨਹੀਂ ਬੋਲ ਲਾਉਂਦੀ, ਜੇ ਤੁਸੀਂ ਭ੍ਰਿਸ਼ਟਾਚਾਰੀ ਅੰਦਰ ਕੀਤੇ ਤਾਂ ਤੁਹਾਡਾ ਕੰਮ ਬੋਲਦਾ। ਬਿਲਕੁਲ, ਤੁਸੀਂ ਜੇ ਕੋਈ ਨੌਕਰੀਆਂ ਦਿੱਤੀਆਂ ਤੇ ਲੋਕ ਕਹਿੰਦੇ ਨੇ ਵੀ ਨੌਕਰੀਆਂ ਮਿਲੀਆਂ ਤੁਹਾਡਾ ਕੰਮ ਬੋਲਦਾ, ਤੇ ਜੇ ਨਹੀਂ ਦਿੱਤੀਆਂ ਠੇਕੇ ਤੇ ਰੱਖੇ ਮੁਲਾਜ਼ਮ ਜੇ ਪੱਕੇ ਨਹੀਂ ਕੀਤੇ ਉਹ ਵੀ ਰੌਲਾ ਪਾਉਂਦੇ ਵੀ ਸਾਨੂੰ ਪਤਾ ਵੀ ਲੋਕਾਂ ਨੂੰ ਸਭ ਪਤਾ ਹੁੰਦਾ ਵੀ ਸਿਆਸਤਦਾਨ ਹੁਣ ਇਹ ਮਤ ਸਮਝਣ ਵੀ ਸਾਡਾ ਅਸੀਂ ਮਾਲ ਖਾਈ ਜਾਵਾਂਗੇ ਤੇ ਲੋਕਾਂ ਨੂੰ ਕੋਈ ਪਤਾ ਨਹੀਂ ਲੱਗਦਾ। ਦੇਖੋ ਰੇਤ ਮਾਫੀਆ ਕਦੋਂ ਸ਼ੁਰੂ ਹੋਇਆ, ਸ਼ਰਾਬ ਮਾਫੀਆ ਕਦੋਂ ਸ਼ੁਰੂ ਹੋਇਆ, ਪੰਜਾਬ ਦੇ ਉੱਤੇ ਕਰਜ਼ਾ ਕਦੋਂ ਸ਼ੁਰੂ ਹੋਇਆ, ਨਸ਼ਾ ਕਦੋਂ ਪੰਜਾਬ 'ਚ ਜ਼ਿਆਦਾ ਵਿਕਣਾ ਸ਼ੁਰੂ ਹੋਇਆ, ਇਹ ਦੱਸਣ ਦੀ ਲੋੜ ਨਹੀਂ ਹੈ, ਲੋਕਾਂ ਨੂੰ ਸਭ ਪਤਾ ਹੈ, ਇਹ ਪਬਲਿਕ ਹੈ, ਇਹ ਸਭ ਜਾਣਦੀ ਹੈ। ਇਜਾਜ਼ਤ ਲਈ ਸਮਾਂ ਹੋਇਆ। ਬਿਲਕੁਲ ਸਰ, ਤੇ ਤੁਹਾਨੂੰ ਸਾਡਾ ਸ਼ੋਅ ਕਿੱਦਾਂ ਦਾ ਲੱਗਿਆ ਇਸ ਦੇ ਲਈ ਤੁਸੀਂ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰੋ। ਧੰਨਵਾਦ, ਸਤਿ ਸ਼੍ਰੀ ਅਕਾਲ, ਨਮਸਕਾਰ।